नमस्कार दोस्तों, मैं तुहाडा दोस्त मनु मोड़। दोस्तों तुहानूं पंजाब करंट अफेयर विच 2 नंबर दा पेपर पंजाब दी मिनिस्ट्री रिलेटेड जरूर पूछा जाएगा, तां करके हुण पंजाब विच जिहड़े वी करंट मिनिस्टर्स ने उहनां दे नाम भी एक बार चंगी तरह याद कर लो, तां कि तुहाडे 2 नंबर पक्के हो सकण। बाकी पंजाब गवर्नमेंट दी ऑफिशियल वैबसाइट ते पूरी मिनिस्ट्री दी लिस्ट तुहानूं मिल जाएगी, जिवें इत्थे तुसीं देख सकदे हो कैप्टन अमरिंदर सिंह है जो ਉਹ ਪੰਜਾਬ ਦੇ ਸੀਐਮ ਨੇ, ਨਾਲੇ ਇਹ ਜਿਹੜੇ ਇੱਧਰ ਡਿਪਾਰਟਮੈਂਟ ਨੇ ਇਹਨਾਂ ਦੇ, ਇਹਨਾਂ ਨੇ ਮਿਨਿਸਟਰੀ ਇਹਨਾਂ ਦੀ ਸੰਭਾਲੀ ਹੋਈ ਹੈ। ਹੁਣ ਤੁਹਾਡੇ ਤੋਂ ਐਗਜ਼ਾਮ ਵਿੱਚ ਪੁੱਛ ਲਿਆ ਜਾ ਸਕਦਾ ਹੈ ਕਿ ਪੰਜਾਬ ਦੀ ਸਾਇੰਸ ਐਂਡ ਟੈਕਨੋਲੋਜੀ ਮਿਨਿਸਟਰੀ ਕਿਸ ਕੋਲ ਹੈ, ਤਾਂ ਆਪਾਂ ਨੂੰ ਯਾਦ ਰੱਖਣਾ ਹੋਵੇਗਾ ਕੈਪਟਨ ਅਮਰਿੰਦਰ ਸਿੰਘ ਨੇ ਇਹ ਮਿਨਿਸਟਰੀ ਸੰਭਾਲੀ ਹੋਈ ਹੈ। ਬਾਕੀ ਤੁਹਾਨੂੰ ਐਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ ਮੇਨ ਮੇਨ ਚੀਜ਼ਾਂ ਦੱਸ ਦਿੰਦਾ ਕਿਹੜੇ ਕਿਹੜੇ ਮਿਨਿਸਟਰੀ ਰਿਲੇਟਡ ਇਸ ਵਿੱਚ ਪੁੱਛਿਆ ਜਾ ਸਕਦਾ। ਸਭ ਤੋਂ ਪਹਿਲਾਂ ਐਗਰੀਕਲਚਰ ਰਿਲੇਟਡ ਮਿਨਿਸਟਰੀ ਰਿਲੇਟਡ ਪੁੱਛਿਆ ਜਾ ਸਕਦਾ, ਇਸ ਤੋਂ ਬਾਅਦ ਡਿਫੈਂਸ ਸਰਵਿਸ ਐਂਡ ਵੈਲਫੇਅਰ ਰਿਲੇਟਡ ਪੁੱਛਿਆ ਜਾ ਸਕਦਾ। ਤੁਸੀਂ ਇਹ ਪੰਜਾਬੀ ਵਿੱਚ ਕਾਪੀ ਉੱਤੇ ਰਾਈਟ ਡਾਊਨ ਕਰਦੇ ਰਹੋ, ਜਿਵੇਂ ਕਿ ਹੋਸਪਿਟੈਲਿਟੀ ਦਾ ਮਿਨਿਸਟਰ ਕੌਣ ਹੈ, ਤਾਂ ਆਪਾਂ ਨੂੰ ਯਾਦ ਰੱਖਣਾ ਪੜੇਗਾ ਕੈਪਟਨ ਅਮਰਿੰਦਰ ਸਿੰਘ ਹੈ। ਇਸ ਤਰ੍ਹਾਂ ਤੁਸੀਂ ਆਂਸਰ ਦੇ ਰੂਪ ਵਿੱਚ ਲਿਖ ਸਕਦੇ ਹੋ। ਇਸ ਤੋਂ ਇਲਾਵਾ ਇਨਵਾਇਰਮੈਂਟ ਰਿਲੇਟਡ ਪੁੱਛ ਸਕਦੇ ਨੇ, ਸਾਇੰਸ ਐਂਡ ਟੈਕਨੋਲੋਜੀ ਰਿਲੇਟਡ ਪੁੱਛ ਸਕਦੇ ਨੇ। ਦੋਸਤੋ ਇਹ ਕੁਝ ਇੰਪੋਰਟੈਂਟ ਮਿਨਿਸਟਰੀ ਸੀ, ਤਾਂ ਕਰਕੇ ਯਾਦ ਰੱਖਿਓ ਇਹ ਸਾਰੀ ਜਿਹੜੀ ਵੀ ਮਿਨਿਸਟਰੀ ਮੈਂ ਤੁਹਾਨੂੰ ਦੱਸੀ ਹੈ, ਇਸ ਦਾ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਹੈ। ਇਸ ਤੋਂ ਬਾਅਦ ਜਿਹੜਾ ਲੋਕਲ ਗਵਰਨਮੈਂਟ ਐਂਡ ਪਾਰਲੀਮੈਂਟ ਅਫੇਅਰ ਇਲੈਕਸ਼ਨਸ ਅਤੇ ਰਿਮੂਵਲ ਗਵਰਨੈਂਸ ਦਾ ਜਿਹੜੀ ਮਿਨਿਸਟਰੀ ਹੈ ਉਹ ਸ਼੍ਰੀ ਵਰਮ ਮੋਹਿੰਦਰਾ ਦੇ ਅੰਡਰ ਆਉਂਦੀ ਹੈ। ਐਂਡ ਐਗਜ਼ਾਮ ਵਿੱਚ ਇਹ ਕੁਐਸਚਨ ਵੀ ਤੁਹਾਨੂੰ ਜ਼ਰੂਰ ਦੇਖਣ ਨੂੰ ਮਿਲੇਗਾ। ਫਾਈਨੈਂਸ ਪਲੈਨਿੰਗ ਦਾ ਮਿਨਿਸਟਰ ਕੌਣ ਹੈ, ਤਾਂ ਮਨਪ੍ਰੀਤ ਸਿੰਘ ਬਾਦਲ ਫਾਈਨੈਂਸ ਪਲੈਨਿੰਗ ਦਾ ਮਿਨਿਸਟਰ ਹੈ। ਅਤੇ ਇਸ ਤੋਂ ਬਾਅਦ ਮੈਡੀਕਲ ਐਜੂਕੇਸ਼ਨ ਰਿਸਰਚ ਫਰੀਡਮ ਫਾਈਟਰ ਅਤੇ ਫੂਡ ਪ੍ਰੋਸੈਸਿੰਗ ਲਈ ਵੀ ਐਗਜ਼ਾਮ ਵਿੱਚ ਤੁਹਾਨੂੰ ਕੁਐਸਚਨ ਦੇਖਣ ਨੂੰ ਮਿਲ ਸਕਦਾ ਹੈ। ਤਾਂ ਯਾਦ ਰੱਖਣਾ ਹੋਵੇਗਾ ਓਮ ਪ੍ਰਕਾਸ਼ ਸੋਨੀ ਜੀ ਜੋ ਮੈਡੀਕਲ ਐਜੂਕੇਸ਼ਨ ਰਿਸਰਚ ਅਤੇ ਫਰੀਡਮ ਫਾਈਟਰ ਅਤੇ ਫੂਡ ਪ੍ਰੋਸੈਸਿੰਗ ਦਾ ਮਿਨਿਸਟਰ ਹੈ। ਇਸ ਤੋਂ ਬਾਅਦ SCBC ਵੈਲਫੇਅਰ ਰਿਲੇਟਡ ਵੀ ਐਗਜ਼ਾਮ ਵਿੱਚ ਕਾਫੀ ਵਾਰ ਕੁਐਸਚਨ ਦੇਖਣ ਨੂੰ ਮਿਲਿਆ ਹੈ ਕਿ ਸ਼ਡਿਊਲ ਕਾਸਟ ਬੈਨੀਫਿਟ ਜਿਹੜਾ ਮਿਨਿਸਟਰ ਬਣਾਇਆ ਗਿਆ ਉਸਦਾ ਨਾਮ ਕੀ ਹੈ, ਤਾਂ ਸੰਧੂ ਸਿੰਘ ਧਰਮਸੋਟ ਨਾਮਕ ਇਹ ਮਿਨਿਸਟਰ SC ਅਤੇ BC ਵੈਲਫੇਅਰ ਦੇ ਨੇ। ਅਤੇ ਰੂਰਲ ਡਿਪਲੋਮੈਂਟ ਐਂਡ ਪੰਚਾਇਤ, ਐਨੀਮਲ ਹਸਬੈਂਡਰੀ, ਫਿਸ਼ਰੀਜ਼ ਅਤੇ ਡਾਇਰੀ ਡਿਪਲੋਮੈਂਟ ਅਤੇ ਹਾਇਰ ਐਜੂਕੇਸ਼ਨ ਦਾ ਜਿਹੜਾ ਮਿਨਿਸਟਰ ਆ ਉਹ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੈ। ਅਤੇ ਸਪੋਰਟਸ ਰਿਲੇਟਡ ਵੀ ਐਗਜ਼ਾਮ ਵਿੱਚ ਕਾਫੀ ਵਾਰ ਕੁਐਸਚਨ ਦੇਖਣ ਨੂੰ ਮਿਲਿਆ। ਸਪੋਰਟਸ ਦਾ ਜਿਹੜਾ ਮਿਨਿਸਟਰ ਹੈ ਅਤੇ ਯੂਥ ਅਫੇਅਰਸ ਅਤੇ NRI ਅਫੇਅਰਸ ਦਾ ਮਿਨਿਸਟਰ ਜਿਹੜਾ ਉਹ ਰਾਣਾ ਗੁਰਮੀਤ ਸਿੰਘ ਸੋਧੀ ਜਿਹਨੇ ਇਹ ਮਿਨਿਸਟਰੀ ਸੰਭਾਲੀ ਹੋਈ ਹੈ। ਅਤੇ ਇਸ ਤੋਂ ਬਾਅਦ ਟੈਕਨੀਕਲ ਐਜੂਕੇਸ਼ਨ ਅਤੇ ਇੰਡਸਟਰੀਅਲ ਟ੍ਰੇਨਿੰਗ, ਇੰਪਲੋਇਮੈਂਟ ਜਨਰੇਸ਼ਨ ਅਤੇ ਟੂਰਿਜ਼ਮ ਅਤੇ ਕਲਚਰਲ ਅਫੇਅਰ ਦਾ ਜਿਹੜਾ ਮਿਨਿਸਟਰ ਹੈ ਉਹ ਚਰਨਜੀਤ ਸਿੰਘ ਚੰਨੀ ਹੈ। ਦੋਸਤੋ ਇਸੇ ਤਰ੍ਹਾਂ ਹਰ ਟੋਪਿਕ ਵਿੱਚ 1-2 ਕੁਐਸਚਨ ਦੇ ਮਾਰਕਸ ਨੂੰ ਆਪਾਂ ਕਲੈਕਟ ਕਰਕੇ ਆਪਣੀ ਵਧੀਆ ਐਗਜ਼ਾਮ ਦੀ ਤਿਆਰੀ ਕਰ ਸਕਦੇ ਹਾਂ ਅਤੇ ਐਗਜ਼ਾਮ ਨੂੰ ਕੁਆਲੀਫਾਈ ਕਰ ਸਕਦੇ ਹਾਂ। ਤਾਂ ਕਰਕੇ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਨਾ ਸਕਿੱਪ ਨਾ ਕਰਿਆ ਕਰੋ, ਧਿਆਨ ਨਾਲ ਇੱਕ ਵਾਰੀ ਸਮਝ ਲਿਆ ਕਰੋ, ਵੀਡੀਓ ਨੂੰ ਦੇਖ ਲਿਆ ਕਰੋ ਅਤੇ ਕਾਪੀ ਅਤੇ ਰਾਈਟ ਡਾਊਨ ਜ਼ਰੂਰ ਕਰ ਲਿਆ ਕਰੋ। ਐਂਡ ਇਸ ਤੋਂ ਇਲਾਵਾ ਸੋਸ਼ਲ ਸਿਕਿਉਰਿਟੀ ਅਤੇ ਵੂਮਨ ਚਾਈਲਡ ਡਿਪਲੋਮੈਂਟ ਰਿਲੇਟਡ 100% ਤੁਹਾਡੇ ਤੋਂ ਇਸ ਬਾਰੇ ਕੁਐਸਚਨ ਪੁੱਛਿਆ ਜਾਵੇਗਾ। ਤਾਂ ਯਾਦ ਰੱਖਣਾ ਵੂਮਨ ਚਾਈਲਡ ਡਿਪਲੋਮੈਂਟ ਮਤਲਬ ਕੋਈ ਵੂਮਨ ਹੈ ਤਾਂ ਅਰੁਣਾ ਚੌਧਰੀ, ਇਹ ਸ਼੍ਰੀਮਤੀ ਅਰੁਣਾ ਚੌਧਰੀ ਜੋ ਵੂਮਨ ਚਾਈਲਡ ਡਿਪਲੋਮੈਂਟ ਦੀ ਮਿਨਿਸਟਰ ਹੈ। ਇਸ ਤੋਂ ਇਲਾਵਾ ਵਾਟਰ ਸਪਲਾਈ ਅਤੇ ਟਰਾਂਸਪੋਰਟ ਰਿਲੇਟਡ ਵੀ ਮਿਨਿਸਟਰੀ ਬਾਰੇ ਪੁੱਛ ਲਿਆ ਜਾਂਦਾ ਹੈ, ਤਾਂ ਰਜੀਆ ਸੁਲਤਾਨਾ ਕੋਲ ਇਹ ਮਿਨਿਸਟਰੀ ਇਹਨਾਂ ਨੇ ਸੰਭਾਲੀ ਹੋਈ ਹੈ। ਇਸ ਤੋਂ ਬਾਅਦ ਕਾਰਪੋਰੇਸ਼ਨ ਐਂਡ ਜੇਲਸ ਰਿਲੇਟਡ ਜਿਹੜੀ ਮਿਨਿਸਟਰੀ ਹੈ, ਜਿਹੜਾ ਵੀ ਜੇਲਸ ਦਾ ਕੰਮ ਸੰਭਾਲਦੀ ਆ, ਉਹਨਾਂ ਦਾ ਨਾਮ ਕੀ ਹੈ, ਸੁਖਵਿੰਦਰ ਸਿੰਘ ਰੰਧਾਵਾ ਜੀ ਨੇ ਕਾਰਪੋਰੇਸ਼ਨ ਐਂਡ ਜੇਲਸ ਦੀ ਮਿਨਿਸਟਰੀ ਸੰਭਾਲੀ ਹੋਈ ਹੈ। ਅਤੇ ਵਾਟਰ ਰਿਸੋਰਸ ਮਾਈਨਸ ਮਤਲਬ ਖਾਣਾਂ ਹੁੰਦੀਆਂ ਨੇ, ਜਿਹੜੀ ਕੋਲੇ ਦੀ ਖਾਣਾਂ ਹੁੰਦੀਆਂ ਜਾਂ ਸੋਨੇ ਦੀ ਜੋ ਵੀ ਖਾਣਾਂ ਹੁੰਦੀਆਂ ਨੇ, ਉਹਨਾਂ ਨੂੰ ਮਾਈਨਸ ਕਹਿੰਦੇ ਨੇ। ਅਤੇ ਜੀਓਲੋਜੀ ਅਤੇ ਹਾਊਸਿੰਗ ਅਰਬਨ ਡਿਪਲੋਮੈਂਟ ਰਿਲੇਟਡ ਵੀ ਕੁਐਸਚਨ ਐਗਜ਼ਾਮ ਵਿੱਚ ਬਣ ਸਕਦਾ ਹੈ। ਤਾਂ ਕਰਕੇ ਸੁਖਵਿੰਦਰ ਸਿੰਘ ਸਰਕਾਰੀਆਂ ਨੇ ਇਹ ਮਿਨਿਸਟਰ ਸੰਭਾਲੀ ਹੋਈ ਹੈ। ਇਸ ਤੋਂ ਇਲਾਵਾ ਰੈਵਨਿਊ ਰੀਹੈਬਿਲੀਟੇਸ਼ਨ ਐਂਡ ਡਿਜ਼ਾਸਟਰ ਮੈਨੇਜਮੈਂਟ ਦੀ ਜਿਹੜੀ ਮਿਨਿਸਟਰੀ ਆ ਉਹ ਗੁਰਪ੍ਰੀਤ ਸਿੰਘ ਕਾਂਗੜ ਨੇ ਸੰਭਾਲੀ ਹੋਈ ਹੈ। ਇਸ ਤੋਂ ਇਲਾਵਾ ਹੈਲਥ ਐਂਡ ਫੈਮਿਲੀ ਵੈਲਫੇਅਰ, ਕਿਉਂਕਿ ਹੁਣ ਕਰੋਨਾ ਦਾ ਦੌਰ ਗਿਆ ਤਾਂ ਓਬਵੀਅਸ ਇਹ ਕਰੰਟ ਅਫੇਅਰ ਵਿੱਚ ਕੁਐਸਚਨ ਤੁਹਾਨੂੰ ਬਣ ਸਕਦਾ ਹੈ। ਹੈਲਥ ਅਤੇ ਫੈਮਿਲੀ ਵੈਲਫੇਅਰ ਅਤੇ ਲੇਬਰ ਡਿਪਾਰਟਮੈਂਟ ਦਾ ਜਿਹੜੀ ਮਿਨਿਸਟਰੀ ਆ ਉਹ ਬਲਬੀਰ ਸਿੰਘ ਸਿੱਧੂ ਨੇ ਸੰਭਾਲੀ ਹੋਈ ਹੈ। ਅਤੇ ਸਕੂਲ ਐਜੂਕੇਸ਼ਨ ਅਤੇ ਪਬਲਿਕ ਵਰਕ ਰਿਲੇਟਡ ਜਿਹੜੀ ਮਿਨਿਸਟਰੀ ਹੈ ਉਹ ਵਿਜੇ ਇੰਦਰ ਸਿੰਗਲਾ ਨੇ ਸੰਭਾਲੀ ਹੋਈ ਹੈ। ਇਸ ਤੋਂ ਇਲਾਵਾ ਇੰਡਸਟਰੀ ਅਤੇ ਕਮਰਸ ਰਿਲੇਟਡ ਜਿਹੜੀ ਆਪਣੀ ਮਿਨਿਸਟਰੀ ਆ ਉਹ ਸੁਰਿੰਦਰ ਸ਼ਾਮ ਅਰੋੜਾ ਨੇ ਸੰਭਾਲੀ ਹੋਈ ਹੈ। ਅਤੇ ਲਾਸਟ ਆਪਣੀ ਮਿਨਿਸਟਰੀ ਆ ਫੂਡ ਐਂਡ ਸਿਵਲ ਸਪਲਾਈਜ਼ ਐਂਡ ਕੰਜ਼ਿਊਮਰ ਅਫੇਅਰਸ ਰਿਲੇਟਡ ਜਿਹੜੀ ਮਿਨਿਸਟਰੀ ਆ ਉਹ ਭਾਰਤ ਭੂਸ਼ਣ ਆਸ਼ੂ ਜੀ ਨੇ ਸੰਭਾਲੀ ਹੋਈ ਹੈ। ਤਾਂ ਦੋਸਤੋ ਨੋਰਮਲ ਜੀ ਡਿਟੇਲ ਸੀ, ਪਰ ਐਗਜ਼ਾਮ ਵਿੱਚ ਇਹ ਤੁਹਾਡੇ 2 ਨੰਬਰ ਪੱਕੇ ਕਰਵਾ ਸਕਦੀ ਹੈ। ਜੇ ਤੁਸੀਂ ਪੋਲਟੀ, ਕੰਪਿਊਟਰ, ਡਿਜੀਟਲ ਲਿਟਰੇਸੀ, ਸਾਇੰਸ ਅਤੇ ਪੰਜਾਬ GK ਐਂਡ ਕਲਚਰ ਰਿਲੇਟਡ ਇੰਪੋਰਟੈਂਟ ਕੁਐਸਚਨਾਂ ਦੀ PDF ਫਾਈਲ ਨੂੰ ਬਾਏ ਕਰਨਾ ਚਾਹੁੰਦੇ ਹੋ, ਇਸ PDF ਫਾਈਲ ਵਿੱਚ ਮੈਂ 2016 ਤੋਂ ਬਾਅਦ ਪੰਜਾਬ ਵਿੱਚ ਜਿੰਨੇ ਵੀ ਗਵਰਨਮੈਂਟ ਐਗਜ਼ਾਮ ਹੋਏ ਨੇ ਉਹਨਾਂ ਨਾਲ ਰਿਲੇਟ ਹੋਏ ਨੇ ਜਾਂ ਰਿਪੀਟ ਹੋਏ ਨੇ ਕੁਐਸਚਨ, ਉਹ ਸਾਰੇ ਕੁਐਸਚਨ PDF ਵਿੱਚ ਇੰਕਲੂਡ ਕੀਤੇ ਹੋਏ ਨੇ।
एंड इस इंपोर्टेंट क्वेश्चन की पी डी एफ फाइल का प्राइस सिर्फ 44 रुपीज़ है। काफ़ी कैंडीडेट्स ने यह पी डी एफ फाइल ऑलरेडी बाय कर ली है। जो तुम भी अपने एग्जाम की तैयारी में परफेक्ट बनाना चाहते हो तो यह मेरा इंस्टाग्राम आई डी नंबर है, इस पर मैं फॉलो करके मेरे गल करके पूरी जानकारी लैके फिर तुम इस इंपोर्टेंट पी डी एफ फाइल में बाय कर सकते हो।